योर गाइस आर टेलिंग मी, और ये गेट पे खड़े हैं, सो योर गुड नेम प्लीज राजी, एंड दे आर टेलिंग मिस्टर राजी इज हेडिंग द पार्टी, दे माइट बी लाइंग, योर ऑफिशियल्स आर लाइंग आई थिंक सो। तुसी इना यू आर इन विजिलेंस, तुसी इने बंदे लेके आए हो, सानू इना दस दो भी हु इज हेडिंग द पार्टी। हां ताडे सामने है सारी गल, सारी ताडे सामने बिना एफआईआर तो विजिलेंस दे केसेस रजिस्टर कीते सी इन्हां ने, उहदे करके अज इन्हां नूं हरास कीता गया। Your guys are telling me, और ये गेट पे खड़े हैं, say your good name please, राजी, and they are telling Mr. Rajjit is heading the party, they might be lying, your officials are lying I think so, I'm not, so sir who is the one, kindly let us know, तुसी इन्ना, you are in vigilance, तुसी इन्ने बंदे लेके आए हो, सानु इन्ना दस दो भी who is heading the party, ठीक है जी। बिना एफआईआर तो इन्ने बंदे इत्थे हां ਤੁਹਾਡੇ ਸਾਹਮਣੇ ਆ ਸਾਰੀ ਗੱਲ ਸਾਰੀ ਤੁਹਾਡੇ ਸਾਹਮਣੇ ਬਿਨਾ ਐਫਆਈਆਰ ਤੋਂ ਬਿਨਾ ਕਿਸੇ ਨਾਮ ਪੁਰਾਣੇ ਜਿਹੜੇ ਮਾਮਲੇ ਸੀਗੇ ਉਹਨਾਂ ਦੇ ਵਿੱਚ ਬਲੈਂਕਟ ਬੇਲ ਜਿਹੜੀ ਕਿ ਉਹ ਲੈ ਲਈ ਗਈ ਸੀਗੀ ਹਾਂ ਸਾਨੂੰ ਹੁਣ ਵੀ ਦਿੱਤੀ ਹੋਈ ਹੈ ਕੋਈ ਨਵਾਂ ਮਾਮਲਾ ਦਰਜ ਕਰ ਦਿੱਤਾ ਗਿਆ ਸਾਡੇ ਕੋਲ ਵੈਸੇ ਡਿਊਰਿੰਗ ਦ ਟਨਿਓਰ ਆਫ ਸਰਵਿਸ ਬਲੈਂਕਟ ਬੇਲ ਹੈ ਸਾਡੇ ਕੋਲ ਆਰਡਰ ਹੈ ਜੀ ਵੀ ਆਰ ਔਨ ਦ ਬੇਲ ਟੈਕਨੀਕਲ ਕੀ ਚੀਜ਼ ਹੈ ਕਿ ਹੁਣ ਕੋਈ ਨਵਾਂ ਮਾਮਲਾ ਜੇਕਰ ਦਰਜ ਹੁੰਦਾ ਹੈ ਉਹ ਤਾਂ ਦੇਖੋ ਜੀ ਜਦੋਂ ਕੋਈ ਕਰਨ ਤੇ ਆਜੇ ਫਿਰ ਗੱਲ ਕਰੀਏ ਉਹ ਤਾਂ ਗੱਲ ਸੈਪਰੇਟ ਹੈ ਨਾ ਫਿਰ ਜੇ ਕੋਈ ਐ ਪੋਲੀਟੀਕਲੀ ਹਰਾਸ ਕਰਨ ਲੱਗ ਪਏ ਉਹ ਫਿਰ ਉਹ ਤਾਂ ਕੀ ਲੱਗ ਰਿਹਾ ਪੋਲੀਟੀਕਲੀ ਕੁਝ ਐਮਫਸਾਈਜ਼ ਦੇ ਆਬਵੀਅਸਲੀ ਯਾਰ ਤੁਸੀਂ ਇਹ ਦੇਖੋ ਨਾ ਜਿਹੜਾ ਵਾਲਾ ਪੋਲੀਟੀਕਲੀ ਹੀ ਇਜ਼ ਵਨ ਆਫ ਦਾ ਮੋਸਟ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਆ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਆ ਉਹੀ ਕਰ ਰਹੀ ਹੈ ਨਾ ਜੀ ਹੀ ਇਜ਼ ਵਨ ਆਫ ਦਾ ਮੋਸਟ ਡੈਕੋਰੇਟਡ ਅਫਸਰ ਮੋਟਿਵ ਪੋਲੀਟੀਕਲ ਹਰਾਸਮੈਂਟ ਹੋਰ ਕੀ ਹੈ ਜੀ ਹੋਰ ਕੀ ਹੈ ਜੀ ਉਹ ਸਾਰਿਆਂ ਨੂੰ ਪਤਾ ਵੀ विजिलेंस के केसेस रजिस्टर्ड किए थे इन्होंने उहदे करके अज इन्हां नूं हरास किया जा रहा योर गाइस आर टेलिंग मी और ये गेट पर खड़े हैं सो योर गुड नेम प्लीज राजी एंड दे आर टेलिंग मिस्टर राजी इज हेडिंग द पार्टी दे माइट बी लाइंग योर ऑफिशियल्स आर लाइंग आई थिंक सो सो सर हु इज द वन काइंडली लेट अस नो तुसी इन्ना यू आर इन विजिलेंस तुसी इन्ने बंदे लेके आए हो सानू इन्ना दस दो भी हु इज हेडिंग द पार्टी ठीक है जी बिना एफआईआर तो इन्ने बंदे इत्थे हां ਤੁਹਾਡੇ ਸਾਹਮਣੇ ਆ ਸਾਰੀ ਗੱਲ ਸਾਰੀ ਤੁਹਾਡੇ ਸਾਹਮਣੇ ਬਿਨਾ ਐਫਆਈਆਰ ਤੋਂ ਬਿਨਾ ਕਿਸੇ ਨਾਮ ਪੁਰਾਣੇ ਜਿਹੜੇ ਮਾਮਲੇ ਸੀਗੇ ਉਹਨਾਂ ਦੇ ਵਿੱਚ ਬਲੈਂਕਟ ਬੇਲ ਜਿਹੜੀ ਕਿ ਉਹ ਲੈ ਲਈ ਗਈ ਸੀਗੀ ਹਾਂ ਸਾਨੂੰ ਹੁਣ ਵੀ ਦਿੱਤੀ ਹੋਈ ਹੈ ਕੋਈ ਨਵਾਂ ਮਾਮਲਾ ਦਰਜ ਕਰ ਦਿੱਤਾ ਗਿਆ ਸਾਡੇ ਕੋਲ ਵੈਸੇ ਡਿਊਰਿੰਗ ਦ ਟਨਿਓਰ ਆਫ ਸਰਵਿਸ ਬਲੈਂਕਟ ਬੇਲ ਹੈਗੀ ਸਾਡੇ ਕੋਲ ਆਰਡਰ ਹੈ ਜੀ ਵੀ ਆਰ ਔਨ ਦ ਬੇਲ ਟੈਕਨੀਕਲ ਕੀ ਚੀਜ਼ ਹੈ ਕਿ ਹੁਣ ਕੋਈ ਨਵਾਂ ਮਾਮਲਾ ਜੇਕਰ ਦਰਜ ਹੁੰਦਾ ਹੈ ਉਹ ਤਾਂ ਦੇਖੋ ਜੀ ਜਦੋਂ ਕੋਈ ਕਰਨ ਤੇ ਆਜੇ ਫਿਰ ਗੱਲ ਕਰੀਏ ਉਹ ਤਾਂ ਗੱਲ ਸੈਪਰੇਟ ਹੈ ਨਾ ਫਿਰ ਜੇ ਕੋਈ ਐ ਪੋਲੀਟੀਕਲੀ ਹਰਾਸ ਕਰਨ ਲੱਗ ਪਏ ਉਹ ਫਿਰ ਉਹ ਤਾਂ ਕੀ ਲੱਗ ਰਿਹਾ ਪੋਲੀਟੀਕਲੀ ਕੁਝ ਐਮਫਸਾਈਜ਼ ਆਬਵੀਅਸਲੀ ਯਾਰ ਤੁਸੀਂ ਇਹ ਦੇਖੋ ਨਾ ਜਿਹੜਾ ਵਾਲਾ ਪੋਲੀਟੀਕਲੀ ਇਜ਼ ਵਨ ਆਫ ਦਾ ਮੋਸਟ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਆ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਆ ਉਹੀ ਕਰ ਰਹੀ ਹੈ ਨਾ ਜੀ ਹੀ ਇਜ਼ ਵਨ ਆਫ ਦਾ ਮੋਸਟ ਡੈਕੋਰੇਟਡ ਅਫਸਰ ਮੋਟਿਵ ਪੋਲੀਟੀਕਲ ਹਰਾਸਮੈਂਟ ਹੋਰ ਕੀ ਹੈ ਜੀ ਉਹ ਸਾਰਿਆਂ ਨੂੰ ਪਤਾ ਵੀ विजिलेंस के केसेस रजिस्टर्ड किए थे इन्होंने उहदे करके अज इन्हां नूं हरास किया जा रहा